प्रोग्राम दे विच मिठास पैदा करन वास्ते लफ्ज़ें दे जादूगर हरफें दे देवता दे सरेसा इंतहाई सोहणे तहरीकें दा खालिक इंतहाई मिठे मिठे गाने करन वाला महबूब दोस्त दिलरुबा शख्सियत सही महमूद महमूदी सिंह को गुजारिश कर सा के स्टेज ते खेना तशरीफ खेना उसने सही महमूद महमूदी सर उए वंगता पिंगे रंगे दी उए रंगे जय रंग सहे होले ओ बाही करें कबूल की को उ वंदे रंग भी बाए होले नचदी मौज समंदर तई झग झांजर वांग कोई झूंदी है कहीं झांजरो अपने ख्याले विच कहीं वाहन पैर पुसाए हो ए रक्षा ही झांजरो दा जरा सा सारे हुण तक दी जिंदगी दे विच पहला सफर है जरा मैं अपने मुर्शिद अपने गुरु शमीम साहब तो बगैर तू तारे थमला चाटी गई लस्सी वासियों को मैं क्या आज हर के हूं घोड़ द पूछे ई बसों ने हूं घोड़ द पूछे कि मेरा मेरे को कोई जवाब ना कुछ सफर ई में लगले के जिवे बाकी करबला तो शाम के सफर इस्लाम बाग मुल्तान मुल्तान तो फाजिलपुर अपने मेहरबान मुर्शिद राणा महबूब साहब की हमराही है एक वाहिद उम्मीद है इंजीनियर शाहनवाज का मशहूरी और मेरे मेरा वाहिद मोहब्बत उस्मान करीम जड़ी लगती है कि जिस्म तो रूह तक का सफर है ही सफर दे विच एक लाला छाई कि जहांगीर मुखलिस को सरस्वती दे वैन दा उन मुकाम दा उन रुदाली दा वैन सुनो जी को अवार्ड इतने सो सरस्वती वासी सरदार आशिक खान सरदार जेड़ा वसवे दा सरदार है ਜਿਹੜਾ ਬੱਸੋਂ ਦਾ ਸਰਦਾਰ ਹੈ ਸਾਰੀ ਕੌਮ ਦਾ ਸਰਦਾਰ ਹੈ ਸਰੈਕੀ ਦਾ ਸਰਦਾਰ ਹੈ ਸਾਰੇ ਮਹਿਰੇ ਵਾਲਾ ਜਿਹੜਾ ਇਹ ਬੱਸੋਂ ਦਾ ਕਾਬਾ ਹੈ ਉਹਦਾ ਤਵਾਫ ਕਰਨ ਲੋਕ ਬਿਆਨੀਆਂ ਦੇ ਮੌਕੇ ਰਾਣਾ ਮਾਰੂਫ ਅਖਤਰ ਇਹ ਪਹਿਲੀ ਦਫ਼ਾ ਸਾਨੂੰ ਅਹਿਸਾਸ ਦਿਵਾਏ ਕਿ ਰਿਆਸਤੀ ਤਾਰੀਖ ਦੀ ਇਲਾਵਾ ਵੀ ਬਈ ਤਾਰੀਖ ਹੁੰਦੀ ਹੈ ਅਸ਼ੁਲਾ ਜਿਹੜਾ ਹੈ ਕਿ ਦੁਨੀਆ ਅੱਜ ਵੀ ਸ਼ਾਇਦ ਦਾ ਇਤਬਾਰ ਕਰਦੀ ਹੈ ਉਹ ਸਮਝ ਨਹੀਂ ਆਉਂਦੀ ਜਿਹੜਾ ਮਹਬੂਬ ਅਖਤਰ ਨੂੰ ਪੜ੍ਹੇ ਵਾਦਾਰ ਸਮਝ ਆਈ ਹੈ ਕਿ ਸਾਨੂੰ ਸਦੀਆਂ ਤੋਂ ਕੂੜ ਬੋਲਾ ਕੀ ਹੈ ਜਿਹੜਾ ਵਸੂ ਵਿਤਾਂ ਜਾ ਕੇ ਸਦੀਆਂ ਦਾ ਸੱਚ ਮੇਰੀ ਕਿਤਾਬ ਵਿੱਚ ਹੈ ਕਿਹੜੀ ਕਿਹੜੀ ਗੱਲ ਹੁਣ ਇਹ ਖਾਂਜੂ ਸਾਹਿਬ ਗਾਲੀ ਕਰਦੇ ਪਏ ਹਨ ਕਿ ਸਾਡੀ ਕੋਈ ਡਾਇਰੈਕਸ਼ਨ ਤੈਅ ਕਰਨੀ ਹੈ ਡਾਇਰੈਕਸ਼ਨ ਬਿਲਕੁਲ ਤੈਅ ਕਰਨ ਦੀ ਜ਼ਰੂਰਤ ਹੈ غلام فرید الغوزے دا موئز ہے کہ آج ایسا دیوانہ دے وچ ایوانہ دے وچ جس کا چیزیں پئی ہیں ان چھوٹی جی مثال کہ مجھے پچھلے الیکشن دے وچ جے جے آکھے کہ میں سرائیکی ہاں او پارلیمنٹ دے جے آکھے میں بلوچ ہاں او تو لو اج پیندا وجہ نال مسائی کی پئی بلوچ ہون جرم نہیں بدنیت ہون جرم نہیں ਇਹ ਧਰਤੀ ਦਾ ਰਿਸ ਖਾਣ ਹਿੰਦੀ ਕਣਾ ਖਾਣ ਹੀ
ਜਿੰਦਾ ਪਾਣੀ ਪੀਵਣ ਸਿੰਧੂ ਦਾ ਪਾਣੀ ਪੀ ਕੇ ਦਗਾ ਕਰਨਾ ਬਾਲਾਕਣਾ ਕੀ ਮਸਲੇ ਕੀ ਕੋਈ ਨਹੀਂ ਉਹ ਕੋਈ ਨਿਯਮ ਤੇ ਛੱਡ ਕਰੋ ਉਹਨੇ ਸ਼ਿਦਰ ਤੇ ਛੱਡ ਦੇ ਔਰ ਤੁਸੀਂ ਕੀ ਤੇ ਇਹ ਜੁਮੇ ਦੀ ਸਾਬੂ ਦੀਵਾਨਾ ਦੇ ਖਿੰਦ ਦੀਵਾਨਾ ਖਿੰਦ ਦੇ ਔਰ ਇਹੋ ਹੀ ਸਾਡੀ ਸਿਆਸਤ ਹੈ ਮੈਂ ਰਾਣਾ ਸਾਹਿਬ ਰਾਣਾ ਮਹਿਬੂਬ ਖਤਰ ਸਾਹਿਬ ਨਾਲ ਸਫ਼ਰ ਦੇ ਅੰਦਰ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਮੁਰਸ਼ਦ ਇਹ ਦੱਸੇ ਸੋ ਜਨਾਬ ਆਸਿਮ ਕਿਉਂਕਿ ਇਹ ਪੂਰੀ ਰਸੋਂ ਦਾ ਬਿਆਨ ਹੀ ਉਹਨਾਂ ਸੈਟ ਕਰਕੇ ਕਬੂਲ ਕੀਤਾ ਬਿਲਕੁਲ ਖਾਜੂ ਸਾਹਿਬ ਵਾਲਾ ਸਵਾਲ ਕਿ ਕਿ ਸਾਡੀ ਸਿਆਸਤ ਇਹ ਮੇਰਾ ਸੀ ਜਾਂ ਉਹ ਟ੍ਰਾਂਸਫਾਰਮ ਥੀ ਸੀ ਕਿ ਵੱਡੇ ਸਨਰੀ ਕਿ ਕਿਆ ਉਹ ਕਿਥਾਈ ਮੁਤਸ਼ੱਦਦ ਤਰੀਕਾ ਇਖਤਿਆਰ ਕਰੇ ਸੀ ਕਿਥਾਈ ਉਹ ਵੋਟ ਦੀ ਗੱਲ ਕਰੇ ਸੀ ਜਾਂ ਵਾਲ ਹੁਆ ਕਿ ਪਿਛਲੇ ਜਿਹੜੇ ਇੱਕ ਤਨਜ਼ੀਮ ਨੇ ਸਾਰੀ ਤਨਜ਼ੀਮ ਨੇ ਸਰਾਇਕੀ ਲੋਕ ਸਾਨ ਨੇ ਤੇ ਰੈਲੀ ਕੱਢੀ ਆਈ ਇਸਲਾਮਾਬਾਦ ਦੇ ਵਿੱਚ ਉਹ ਕੁਝ ਜਾਰੇ ਪੁਲਿਸ ਰੋਕਣ ਆਈ ਉਹਨਾਂ ਨੂੰ ਪਕੜਨ ਆਈ ਤਾਂ ਜੁਮੇ ਖੜੇ ਮਿਲੇ ਨਹੀਂ ਉਹਨਾਂ ਕਹਿੰਦਾ ਯਾਰ ਕਿਹੜੀ ਗੁਨਾਹ ਤੇ ਲੋਕ ਪਕੜਨ ਦਾ ਜੁਰਮ ਨਹੀਂ ਕੋਈ ਸੋ ਸਾਡੀ ਸਿਆਸਤ ਕੀ ਹੈ ਯਾ ਵੱਲ ਇੱਕ ਥਾਈ ਵੱਡੀ ਟ੍ਰਾਂਸਫਾਰਮ ਥੀ ਸੀ ਫੇਕ ਪੀਆ ਸਵਾਲ ਬੈਸੀਅਸ ਸੈਂਟਰ ਦੀ ਕੌਮ ਵੱਡੀ ਕੌਮ ਜਿਹਨਾਂ ਸਾਡਾ ਦਾਅਵਾ ਹੈ ਕਦਰ 6 ਕਰੋੜ ਹੈ ਔਰ ਸਭ ਤੋਂ ਕਦੀਮ ਹੈ ਔਰ ਕਦਾਮਤ ਇਹ ਹੈ ਕਿ ਮੈਂ ਮੁਲਤਾਨ ਤੋਂ ਜਿਹਨੇ ਮੈਂ ਤਾਰੇ ਕਸਮੀ ਰਮਦਾਨੀ ਮੁਰਸ਼ਿਦ ਆਸ਼ਿਕ ਹਾਂ ਮੁਲਤਾਨ ਸੁਫੀ ਤਾਜ ਗੋਪਾਲ ਸਾਹਿਬ ਦੀ ਜ਼ਿਆਰਤ ਕਰਨੀ ਹੈ ਤਾਂ ਮੇਰੇ ਹੱਥ ਵਿੱਚ ਕਿਸ਼ਾ ਹੈ ਮੇਰੇ ਹੱਥ ਵਿੱਚ ਅੱਜ ਉਹ ਰੰਗ ਹਨ ਹੋਲੀ ਦੇ ਜਿਹੜੇ ਮੈਂ ਮੁਲਤਾਨ ਤੋਂ ਚਾਹ ਗਿਆ ਜਿਹਨੇ بحثیت ہے بڑی قوم دے بڑے شہر کے ایک چھوٹے سے بچ کر دیے میں گزارش یہ کرے سا کیا کہ ضرورت نہیں کہ رل بستی بڑی قوم نال ایک بار بڑا ڈائیلاگ دا آغاز کیتا ہوئی پنجابی اپنے رویے پر جو ہو سی لیکن انہاں نال ایک ڈائیلاگ دے بارے ہر ضرورت ہے نہ ہوئی تو ہے سکتا نہ سکتا ہے سن یاد رہا سو درمیانی دوجی ਕਈ ਕੌਮਾਂ ਦੇ ਹੀਰੋ ਇਹਨਾਂ ਕੌਮਾਂ ਦੇ ਵਿਲਨ ਲਾਈਕ ਰਣਜੀਤ ਸਿੰਘ ਇੱਕ ਕੌਮ ਦਾ ਹੀਰੋ ਹੈ ਲੇਕਿਨ ਸਾਡਾ ਵਿਲਨ ਕੀ ਇਹ ਰਿਆਸਤ ਇਹ ਤੈਅ ਕਰਨ ਵਿੱਚ ਕਿਥੇ ਕਾਮਯਾਬ ਥੀ ਸੀ ਕਿ ਕੌਮਾਂ ਦੀ ਇੱਕ ਇਜਤਮਾਈ ਤਰੀਕ ਲਿਖੀ ਬਣੀ ਜਿਹਦੇ ਹਰ ਕੌਮ ਦਾ ਹਿੱਸਾ ਹੋਵੇ ਇੱਕ ਕੌਮ ਕਿਛਾ ਨਹੀਂ ਹੁੰਦੀ ਵਨ ਨੇਸ਼ਨ ਵਨ ਰੋਡ ਕਿਛਾ ਨਹੀਂ ਹੁੰਦੀ ਇੱਥੇ ਕੌਮਾਂ ਬਾਅਦ ਜਿਨ੍ਹਾਂ ਦੇ ਜੁਗਰਾਫੀਆ ਹੈ ਜਿਨ੍ਹਾਂ ਦੀ ਤਾਰੀਖ ਹੈ ਜਿਨ੍ਹਾਂ ਦੇ ਰਸਮੋ ਰਿਵਾਜ਼ ਹੈ ਉਹਨਾਂ ਨੂੰ ਬਿਲਕੁਲ ਖਤਮ 1947 ਤੋਂ ਪਹਿਲੇ ਉਹ ਉਹਨਾਂ ਦਾ ਕੋਈ ਨਾਂ ਹਨ ਇੱਕ ਜਿਹੜੇ ਤੁਸੀਂ ਉਹਨਾਂ ਕੋਲ ਹਾਂਚਾ ਖਾਸ ਕਿਨ ਸੋ ਇਹ ਸਭ ਇਹ ਪਾਕਿਸਤਾਨੀ ਹੈ ਯੈਸ ਉਹ ਪਾਕਿਸਤਾਨ ਹੈ ਲੇਕਿਨ ਉਹ ਕੋਲ ਪਹਿਲੇ ਉਹ ਬਲੋਚ ਨਹੀਂ ਉਹ ਸਿੰਧੀ ਨਹੀਂ ਉਹ ਪਖਤੂਨ ਨਹੀਂ ਹੈ ਉਹ ਸਰਾਇਕੀ ਨਹੀਂ ਉਹ ਪੰਜਾਬੀ ਨਹੀਂ ਹਾਂ ਇਜਤਮਾਈ ਤੌਰ ਤੇ ਬਿਲਕੁਲ ਸਾਰੇ ਪਾਕਿਸਤਾਨੀ ਹੈ ਲੇਕਿਨ ਇੱਕ ਡਾਇਲੋਗ ਦੀ ਬਾਰਾ ਜ਼ਰੂਰਤ ਹੈ ਮੈਂ ਕੰਟਰੋਵਰਸ਼ਨ ਨਹੀਂ ਕਰਨਾ ਚਾਹੁੰਦਾ ਲੇਕਿਨ ਹਾਲਾਤ ਹੀ ਹੋਏ ਨੇ ਕਿ ਮੈਂ ਸਮਝਦਾ ਸਰ ਕਿ ਵਾਹਿਦ ਕੌਮ ਹੈ ਜਿਹੜੀ ਪੂਰੀ ਪਾਕਿਸਤਾਨ ਦੀ ਰਲ ਵਸਦੀ ਕੌਮ ਨੂੰ ਸਰਟੀਫਿਕੇਟ ਜਾਰੀ ਕਰ ਸਕਦੀ ਹੈ ਕਿ ਤੂੰ ਪਾਕਿਸਤਾਨੀ ਹੈ ਤੂੰ ਮਕਾਮੀ ਹੈ ਜਾਂ ਨਹੀਂ ਕਿਉਂ ਪਾਕਿਸਤਾਨੀ ਵਾਹਿਦ ਕੌਮ ਹੈ ਇਹਦੇ ਕੋਈ ਸਰਹੱਦ ਪਾਰ ਤਾਲੁਕਾ ਕੇ ਨਾ ਬਲੋਚ ਆਪਣਾ ਕਾਂਡਾ ਬਲੋਚਿਸਤਾਨ ਨਾ ਕੋ ਪਰਲੇ ਈਰਾਨ ਦੇ ਬਲੋਚ ਨਾਲ ਲੈਂਦਾ ਸਿੰਧੀ ਇੰਡੀਆ ਦੀ ਬੰਬਈ ਨਾਲ ਪੰਜਾਬੀ ਪਰਲੇ ਵੱਡੇ ਪੰਜਾਬ ਨਾਲ ਪਖਤੂਨ ਖਾ ਅਫਗਾਨਿਸਤਾਨ ਨਾਲ ਇਹ ਵਾਹਿਦ ਕੌਮ ਹੈ ਜਿਹੜੇ ਸਿਰ ਸਹੀ ਵੰਦੇ ਸਵਾਦਿਸ ਪਾ ਉਦਾਨਾ ਖਾਸਾ ਮੈਂ ਉਹਨਾਂ ਕੌਮਾਂ ਦੇ ਉੱਤੇ ਕੋਈ ਸ਼ੱਕ ਨਹੀਂ ਕਰਦਾ ਪੀਆ ਲੇਕਿਨ ਅਸਾਂ ਰਾਹ ਦੇ ਏਜੰਟ ਨੇ ਅਸਾਂ 1947 ਤੋਂ ਪਹਿਲੇ ਵੀ ਮੌਜੂਦ ਆ ਸੇ ਅਸਾਂ 5000 ਸਾਲ ਪਹਿਲੇ ਤੋਂ ਵੀ ਮੌਜੂਦ ਆ ਸੇ
سلمان سو اوے جمرہ دور جیسے اوے جا کے جیندے ساکو مارن والے واگے اسا اج بھی جیندے موجود ہے پئی ساری موجود کی ساری نغارے تو چھکرے چھکرے دنیا دے واحد تحریک ہے یہ اپنے جمعے تو جنم کی جائے اور آج ایوانا ہی پہنچ گئے گار کون ساری لمحی دی گئی ہے میرے مرشد حیدر جوید سے ہی سہر بیٹھے جنہ دے تاریخ کا جبر بھی ہے سماج کا جبر بھی ہے اور انہا طاقت کا جبر بھی ہے جنہی نظر نہیں آمی ہے میں سمجھنا آخری گا یہ معجزہ ہے کوئی بندہ باہر اوپر کے سڑک جا کے کہے میں سرائیکی نہیں یا میں سرائیکی کو ووٹ نہیں دینا چاہتا یا میں سرائیکی کا ووٹ نہیں گرنا چاہتا میں پاکستان کا ووٹ گرنا چاہتا وہ پارلیمنٹ میں وہیں طریقہ گئی یہ جمشید کا دستی ریجیکٹ کی ہے یہ تواری ہمسائی کے ذمہ داری ریجیکٹ کی ہے ایک معجزہ ہے کہ تو کی پوری فطرت پوری سٹیٹ چاندیا میں نہ چاندیا کا رسپورٹ کر دی اگر یہ پرسو پہلے نے افسوسناک واقعہ تھی ہے ایک شاگرد نے استاد کو شہید کیا ہے اگر این معاملے تھی اس ریاست سنجیدہ ہے اور یہ کوئی حال چاہ نہیں ہے انہوں نے حق بھی ساری بتا یہ دعویٰ ہے انہی دلیل کیا ہے کہ ساڈے کولوں 5000 سال کا منتر موجود ہے دنیا تے رہن دا ساڈے کولوں کانسیپٹ موجود ہے سیولائزیشن دے اساں دنیا دے اون طریقے نال موجود ہیں کہ جڑا دنیا دی پئی کہ دنیا کو کہانی ختم تھی گئی ہے ایک نئی کتاب آئی ہے کہ دنیا کو کہانی ختم تھی گئی ہے تے رانا صاحب نے روشنی پر سن میں سمجھتا سارے کو کہانی موجود ہے انوائرمنٹ دی کہانی موجود ہے کل 23 مارچ ہے اسا دریا میں کوئی پس پہ نہیں جڑا دنیا دریا میں گند کے سٹے نہیں اسا کوئی پس پہ نہیں سارے کو رنگاں دی کہانی موجود ہے ساکون درختہ کو آدم دے من دے کہانی موجود ہے من پوجا تو سونی من پوجا بے سائی دریامہ کو آدم دے من دے سارے کو مندر موجود ہے لوگاں کو دھیری کو ترمتی کو محوم کو جانورے کو رنگ بستی قومہ کو آدم دے من دے مندر سارے کو موجود ہے اگر دنیا واقعی سنجید ہے کہ امن مندی ہے اور امن چاہنی ہے تبال اساں قدیمی لوگیں کلوں ہے رمز اللہ دی ساکو ملائے ہم تو نہیں بھی چھوڑا چھوڑا اساں خصوصی مہمانے کو اپنی سرائی کی اجرک پوے دے رہا آج پر ڈالج موجود اساں دے سرائی کی اگمان اپنے خصوصی مہمانے کو سردار رضا خان دریشک سنگھ سردار فاروق امان اللہ خان سنگھ اور سردار صدیق امان اللہ خان سے کو سرائیکی اجرک کو گوان چاہنے تو علیہ بھرپور تعلیہ حوصل میں سرائیکی اگوان سارے کو آکسان رانا فراد پرول سہیم نور تھائیم سہیم ظہور دھریجا صاحب آشے خان سلطان صاحب راشد عزیز بھٹا صاحب راشدہ فران بھٹا صاحب عبداللطیف بھٹی صاحب میں گزارش کے سنگ کے اسٹیج دے تشریف کے نوصل ملک اللہ نواز بین صاحب تشریف کے نین میں انہوں کو خصوصی گزارش کے ساتھ کہ اس ٹیٹ تشریف کے نوشن اور معزز مہمانے کو سرائیکی اجرک کا تحفہ پیش کرے سکتے بھرپور تعلیم ہے سردار رضا خان دریشک صاحب سابق ایم پی اے ہیں بہمد انہا ہے سارے بسے گئتے بہمد انہا سردار نصر اللہ خان دریشک صاحب دے فردان دن سردار حسنین خان بہادر سپاہی وزیر دے بھائی ہیں میں گزارش کے ساتھ سردار فاروق امان اللہ خان دریشک صاحب کو اسٹیج تشریف کے نو سے
رانا فراز دون صاحب سمیر سرائیکی اگوان ہم نے کو اچھ رکھ ہوئے سن سہی فاروق امان اللہ خان دری شک سے پھرپور تالیاں میں گزارش کر سن سردار صدیق امان اللہ خان دری شک سے کو سارے سیاسی اگوان ہونے کو اچھ رکھ پیش کر سن انجینئر شانواز خان مشوری صاحب صدر سوجن سردی باز بھرپور تالیاں سردار رضا خان دریشک سردار فاروق معاملہ خان دریشک سردار صدیق خان دریشک میں گزارش کر رہا ہوں سردار جمیل خان دریشک صاحب ہوں کہ او سٹیج تشریف کے نو سے سارے اکوان ہونے کو بھی اجرک کو آن چاہنا چاہنا سردار جمیل خان دریشک سردار جمیل خان دریشک سردار جمیل خان دریشک ڈسٹرکٹ پریزیڈنٹ ایم ایس ایف کیو ایم اور ہنہ نے آکے کہ میں ہمیشہ تو سرائیکی صوبے دی گاؤں کے لانا پرویز لے گلو بھی سرائیکی صوبے دی گاؤں کے رہی ہون بھی اسا جتا بھی کرسوں اسا ایم ایس ایف کیو دے پلیٹ فارم تو بھی مسلم لیگ کا دے پلیٹ فارم تو بھی سرائیکی صوبے دی ہی گاؤں کے لیسوں میں تمام